ਬੰਦੇ ਨੂੰ ਕਿਸੇ ਵੇਲੇ ਨਿੱਕੀ ਜਿਹੀ ਗੱਲ ਤੋਂ ਗੁੱਸਾ ਆ ਜਾਂਦਾ, ਫਿਰ ਉਹ ਜਿਹੜਾ ਗੁੱਸਾ ਵਾ ਉਹ ਉਹਦੇ ਉੱਤੇ ਹੀ ਭਾਰਾ ਪੈ ਜਾਂਦਾ। ਅਤੇ ਕਿਸੇ ਵੇਲੇ ਜਦੋਂ ਸਾਨੂੰ ਗੁੱਸਾ ਆਉਂਦਾ, ਸੋਚਣਾ ਚਾਹੀਦਾ ਵੀ ਭਾਈ ਇਹ ਗੁੱਸਾ ਜਾਇਜ਼ ਵੀ ਹੈਗਾ, ਜਿਹਦੇ ਨਾਲ ਅਸੀਂ ਝਗੜਾ ਕਰਨ ਜਾ ਰਹੇ ਹਾਂ ਜਾਂ ਜਿਹਨੂੰ ਅਸੀਂ ਆਪਣਾ ਰੋਹਬ ਦਿਖਾ ਰਹੇ ਹਾਂ, ਕੀ ਇਹ ਗੱਲ ਜਾਇਜ਼ ਵੀ ਹੈਗੀ ਆ। ਪਰ ਜਦੋਂ ਗੁੱਸਾ ਆਇਆ ਹੋਵੇ, ਸਿਰ ਦੇ ਉੱਤੇ ਖੂਨ ਜਿਹੜਾ ਉਹ ਸਵਾਰ ਹੋ ਜਾਵੇ, ਤਾਂ ਬੰਦੇ ਨੂੰ ਲੱਗਦਾ ਵੀ ਨਹੀਂ ਨਹੀਂ ਇਹਨੇ ਮੈਨੂੰ ਇੰਨੀ ਗੱਲ ਕਹੀ ਅਤੇ ਕਹੀ ਕਿੱਦਾਂ, ਇਹਨੇ ਮੈਨੂੰ ਇੰਨੀ ਗੱਲ ਕਹਿ ਕੇ ਹੁਣ ਜਾਣਾ ਕਿੱਥੇ ਆ, ਇਹ ਲੱਗਦਾ ਕੌਣ ਆ, ਇਹ ਹੁੰਦਾ ਕੌਣ ਆ ਮੈਨੂੰ ਇੰਨੀ ਗੱਲ ਕਹਿਣ ਵਾਲਾ। ਜਲਾਲਾਬਾਦ ਦੇ ਵਿੱਚ ਪਿੰਡ ਆ ਕਮਰਾ ਵਾਲਾ, ਉੱਥੇ ਭਾਰਤ ਭੂਸ਼ਣ ਜਿਹੜੇ ਆ ਉਹ ਇੱਕ ਫੜੀ ਲਾਉਂਦੇ ਆ, ਰੇਹੜੀ ਲਾਉਂਦੇ ਆ ਸਬਜ਼ੀ ਦੀ। ਉੱਥੇ ਕੁਝ ਨੌਜਵਾਨ ਜਿਹੜੇ ਆ ਉਹਨਾਂ ਕੋਲੋਂ ਸਬਜ਼ੀ ਲੈਂਦੇ ਆ, ਹੁਣ ਤੁਸੀਂ ਆਪੇ ਅੰਦਾਜ਼ਾ ਲਾ ਲਓ ਵੀ 30 ਰੁਪਏ ਦੀ ਕਿਹੜੀ ਸਬਜ਼ੀ ਉਹਨਾਂ ਨੇ ਲੈ ਲਈ ਹੋਏਗੀ। ਜਦੋਂ ਭਾਰਤ ਭੂਸ਼ਣ ਉਹਨਾਂ ਨੂੰ ਕਹਿੰਦੇ ਆ ਵੀ ਤੁਹਾਡੇ 30 ਰੁਪਏ ਬਣ ਗਏ, ਤਾਂ ਉਹ ਮੁੰਡੇ ਜਿਹੜੇ ਆ ਉਹ ਕਹਿੰਦੇ ਵੀ ਆਪਾਂ ਤਾਂ ਰੁਪਈਏ 20 ਦੇਣੇ ਆ। ਭਾਰਤ ਭੂਸ਼ਣ ਜਿਹੜਾ ਸਬਜ਼ੀ ਵਿਕਰੇਤਾ ਵਾ ਉਹ ਕਹਿੰਦਾ ਜਨਾਬ 30 ਰੁਪਈਆਂ ਦੇ ਵਿੱਚੋਂ ਮੈਂ ਕੀ ਕਮਾ ਲੈਣਾ, ਵੀ ਤੁਸੀਂ ਮੈਨੂੰ 20 ਰੁਪਏ ਦੇ ਕੇ ਚੱਲੇ ਹੋ, ਮਹਿੰਗਾਈ ਕਿੰਨੀ ਆ ਅਤੇ ਮੈਂ ਇਹਦੇ 'ਚੋਂ ਕੀ ਕਮਾ ਖੱਟ ਲੈਣਾ, ਧੁੱਪ ਵੇਖੋ ਕਿੰਨੀ ਆ, ਰੇਹੜੀ ਲਾ ਕੇ ਮੈਂ ਧੁੱਪੇ ਬੈਠਾਂ ਸਾਰਾ ਦਿਨ, ਮੈਂ ਇੱਥੇ ਜਿਹੜਾ ਵਾ ਉਹ ਬੈਠੇ ਰਹਿਣਾ, ਫਿਰ ਜਾ ਕੇ ਕਿਤੇ 2-4-500 ਦੀ ਸਬਜ਼ੀ ਵਿਕਣੀ ਆ, ਰਹਿਮ ਕਰੋ ਮੇਰੇ 10 ਜਿਹੜੇ ਬਣਦੇ ਆ ਮੈਨੂੰ ਉਹ ਦੇ ਦਿਓ। ਜਦੋਂ ਭਾਰਤ ਭੂਸ਼ਣ ਨੇ ਇਹ 10 ਰੁਪਏ ਬਕਾਇਆ ਉਹਨਾਂ ਮੁੰਡਿਆਂ ਤੋਂ ਮੰਗੇ ਤਾਂ ਉਹਨਾਂ ਦਾ ਪਾਰਾ ਚੜ੍ਹ ਗਿਆ। ਗਰਮੀ ਵੀ ਵੈਸੇ ਬੜੀ ਹੈ, ਪਰ ਉਹਨਾਂ ਦਾ ਪਾਰਾ ਕਿਉਂ ਚੜ੍ਹ ਗਿਆ, ਇਸ ਕਰਕੇ ਵੀ ਉਹਨਾਂ ਦੇ ਨਾਲ ਇੱਕ ਲੜਕੀ ਸੀਗੀ ਅਤੇ ਉਹ ਸਾਹਮਣੇ ਉਹ ਮੁੰਡਿਆਂ ਦੀ ਹੇਠੀ ਹੋ ਗਈ ਵੀ ਸਾਡੇ ਕੋਲੋਂ ਇਸ ਬੰਦੇ ਨੇ 10 ਰੁਪਏ ਮੰਗ ਲਏ, ਇਹ ਬੰਦਾ ਕਹਿੰਦਾ ਵੀ ਮੈਨੂੰ 10 ਹੋਰ ਦੇ ਕੇ ਜਾਓ। ਬਸ ਫਿਰ ਕੀ ਸੀ, ਇਹਨਾਂ ਦੋਹਾਂ ਨੌਜਵਾਨਾਂ ਨੇ ਭਾਰਤ ਭੂਸ਼ਣ ਦੀ ਜਿਹੜੀ ਆ ਉਹ ਮਾਰਕੁੱਟ ਕੀਤੀ, ਅਤੇ ਮਾਰਕੁੱਟ ਵੀ 10 ਰੁਪਏ ਦੇ ਪਿੱਛੇ ਇੰਨੀ ਕੀਤੀ ਵੀ ਭਾਰਤ ਭੂਸ਼ਣ ਜਿਹੜਾ ਵਾ ਉਹ ਇਸ ਵੇਲੇ ਹਸਪਤਾਲ 'ਚ ਜ਼ੇਰੇ ਇਲਾਜ ਆ। ਫੱਟੜ ਉਹਨੂੰ ਕਰ ਦਿੱਤਾ, ਉਹ ਵਿਚਾਰਾ ਦੁਹਾਈ ਦੇ ਰਿਹਾ ਵੀ ਮੈਂ 10 ਰੁਪਈਏ ਮੰਗ ਕੇ ਕਿਹੜੀ ਗਲਤੀ ਕਰ ਲਈ, ਮੈਂ ਤੁਹਾਡੇ ਕੋਲੋਂ ਨਾ ਆਧਾਰੇ ਮੰਗਿਆ ਨਾ ਤੁਹਾਨੂੰ ਲੁੱਟਿਆ, 30 ਰੁਪਏ ਦੀ ਤੁਸੀਂ ਕੁੱਲ ਸਬਜ਼ੀ ਲਈ ਆ, 20 ਰੁਪਈਏ ਤੁਸੀਂ ਮੈਨੂੰ ਦਿੱਤੇ ਆ, ਅਤੇ ਜੇ ਮੈਂ 10 ਆਪਣੇ ਮੰਗ ਹੀ ਲਏ ਜਿਹੜੇ ਮੇਰੇ ਬਣਦੇ ਆ ਤਾਂ ਮੈਂ ਕੀ ਗੁਨਾਹ ਕਰ ਲਿਆ। ਪੁਲਿਸ ਨੇ 10 ਰੁਪਈਆਂ ਪਿੱਛੇ ਮਾਮਲਾ ਦਰਜ ਕਰ ਲਿਆ। ਹੁਣ ਗੱਲ 10 ਦੀ ਤਾਂ ਰਹੀ ਨਹੀਂ, ਗੱਲ ਤਾਂ ਬਾਅਦ ਪਹੁੰਚ ਗਈ ਮਾਰ ਕਟਾਈ 'ਤੇ, ਕਿਉਂਕਿ ਭਾਰਤ ਭੂਸ਼ਣ ਹੁਣ ਜ਼ੇਰੇ ਇਲਾਜ ਆ, ਉਹਦੇ ਸੱਟਾਂ ਲੱਗੀਆਂ ਨੇ ਬਹੁਤ ਗੰਭੀਰ। ਹੁਣ ਇਹ ਮਾਮਲਾ ਜਿਹੜਾ ਪੁਲਿਸ ਕੋਲ ਚਲਾ ਗਿਆ, ਇਹ ਨੌਜਵਾਨ ਜਿਨ੍ਹਾਂ ਨੇ ਆਪਣੀ ਟੌਹਰ ਮਾਰਨ ਵਾਸਤੇ 10 ਰੁਪਈਏ ਦੇ ਪਿੱਛੇ ਇਹ ਸਾਰਾ ਝਗੜਾ ਕੀਤਾ, ਪੁਲਿਸ ਨੇ ਹੁਣ ਇਸ ਬਾਬਤ ਮੁਕੱਦਮਾ ਦਰਜ ਕਰ ਲਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਆ। ਹੁਣ ਇਹ ਨੌਜਵਾਨ ਜਿਹੜੇ ਆ ਇਹ ਪੁਲਿਸ ਦੇ ਗੇੜੇ ਵੀ ਮਾਰਨਗੇ, ਫਿਰ ਆਖਰਕਾਰ ਜਾਂ ਇਹਨਾਂ ਨੂੰ ਸਜ਼ਾ ਹੋਏਗੀ, ਜੁਰਮਾਨਾ ਕਰੇਗੀ ਅਦਾਲਤ, ਮਾਨਯੋਗ ਅਦਾਲਤ ਜੁਰਮਾਨਾ ਕਰੇਗੀ, ਜਾਂ ਇਹ ਕੋਈ ਰਾਜ਼ੀਨਾਮਾ ਕਰਨਗੇ। ਇਹ ਸਭ ਦੇ ਵਿੱਚ ਜਿਹੜਾ ਭਾਰਤ ਭੂਸ਼ਣ ਆ, ਜਿਹੜਾ ਸਬਜ਼ੀ ਦਾ ਕੰਮ ਕਰਦਾ, ਰੇਹੜੀ ਲਾਉਂਦਾ, ਉਹ ਤਾਂ 15 ਦਿਨ 2 ਮਹੀਨੇ ਲਈ ਮੰਜੇ 'ਤੇ ਪੈ ਗਿਆ, ਉਹਦਾ ਹਰਜਾਨਾ ਕੌਣ ਭਰੂਗਾ ਜਿਹਨੇ ਰੋਜ਼ ਕਮਾਈ ਕਰਕੇ ਖਾਣਾ ਵਾ, ਜਿਹਨੇ ਰੋਜ਼ ਆਪਣੀ ਜਿਹੜੀ ਸਬਜ਼ੀ ਆ ਉਹ ਮੰਡੀਓਂ ਪਹਿਲਾਂ ਲਿਆਉਣੀ ਆ, ਫਿਰ ਕਿਸੇ ਚੌਂਕ 'ਚ ਖੜ੍ਹ ਜਾਣਾ, ਫਿਰ ਉਹਨੇ ਹੌਕਾ ਦੇਣਾ ਵਾ, ਫਿਰ ਉੱਥੇ ਲੋਕ ਆਉਣਗੇ ਉਹਦੇ ਕੋਲੋਂ ਸਬਜ਼ੀ ਖਰੀਦਣਗੇ, ਅਤੇ ਜੇ ਸਾਰੇ ਲੋਕ ਇਸੇ ਤਰ੍ਹਾਂ ਕਰੀ ਜਾਣਗੇ ਵੀ 5 ਘਟਾਲਾ 10 ਘਟਾਲਾ, ਫਿਰ ਤਾਂ ਇਹ ਭਾਰਤ ਭੂਸ਼ਣ ਕੋਟੀ ਖਾਂਦਾ ਰਹੇਗਾ, ਇਹ ਤਾਂ ਦੂਜੇ ਦਿਨ ਹਸਪਤਾਲ ਦੇ ਵਿੱਚ ਪਿਆ ਰਹੇਗਾ, ਇਹਦੇ ਦੇ ਮਨ ਦੇ ਅੰਦਰ ਡਰ ਪੈ ਜਾਏਗਾ ਵੀ ਯਾਰ ਜੇ ਮੈਂ ਕਿਤੇ 10 ਵੱਧ ਮੰਗ ਲਏ ਜਾਂ ਜਿਹੜੇ ਮੇਰੇ ਬਣਦੇ ਆ ਉਹ ਮੰਗ ਲਏ, ਕਿਤੇ ਅਗਲਾ ਬੰਦਾ ਮੈਨੂੰ ਫੇਰ ਨਾ ਪੈ ਜਾਏ ਜਿੱਦਾਂ ਮੈਨੂੰ ਅੱਗੇ ਉਹ 2 ਨੌਜਵਾਨ ਪੈ ਗਏ ਸੀ। ਉਹਦੇ ਮਨ ਅੰਦਰ ਤਾਂ ਡਰ ਪੈ ਗਿਆ ਵੀ ਮੈਂ ਯਾਰ ਸਾਰੀ ਦਿਹਾੜੀ ਮਿਹਨਤ ਕਰਕੇ ਕਮਾਈ ਕਰਨੀ ਆ, 2-4-500 ਰੁਪਈਆ ਕਮਾਉਣਾ, ਅਤੇ ਇਹ ਤਾਂ ਮੇਰੇ ਨਾਲ ਜਿਹੜਾ ਵਾ ਇਹ ਵਧੀਕੀ ਹੋ ਗਈ। ਸੋ ਬੜੀ ਹੈਰਾਨੀ ਦੀ ਗੱਲ ਹੈ ਅਤੇ ਬਹੁਤ ਜਿਹੜੀ ਆ ਸੋਚਣ ਦਾ ਵਿਸ਼ਾ ਵੀ ਆ ਵੀ ਇੱਕ 10 ਰੁਪਈਏ ਦੇ ਪਿੱਛੇ ਅਸੀਂ ਉਸ ਸ਼ਖਸ ਦੀ ਜਿਹੜਾ ਮਿਹਨਤ ਕਰਕੇ ਰੋਟੀ ਖਾ ਰਿਹਾ ਉਹਦੀ ਅਸੀਂ ਇਸ ਕਦਰ ਮਾਰਕਟਾਈ ਕੀਤੀ ਆ ਵੀ ਉਹ ਮੰਜੇ 'ਤੇ ਲੰਮਾ ਪਾ ਦਿੱਤਾ। ਬਾਈ ਕੀ ਨਾਮ ਹੈ ਤਾਂ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ? ਮੇਰਾ ਨਾਮ ਭਾਰਤ ਭੂਸ਼ਣ ਹੈ ਜੀ। ਕਿੱਥੋਂ ਦੇ ਰਹਿਣ ਵਾਲੇ ਹੋ? ਜਲਾਲਾਬਾਦ ਦੇ। ਕੀ ਮਸਲਾ ਕੀ ਆ ਪੂਰਾ ਲੜਾਈ ਝਗੜੇ ਦਾ? ਮਸਲਾ ਕੁਝ ਨਹੀਂ, ਮੈਂ ਸ਼ੁੱਕਰਵਾਰ ਗਏ ਸਬਜ਼ੀ ਦੇ ਗਿਆ ਸੀ,
ਅਤੇ 30 ਰੁਪਏ ਉਹਨਾਂ ਠੱਲੇ ਸੀ। ਫਿਰ ਮੈਂ ਸ਼ਨੀਵਾਰ ਗਿਆ, ਉਹਨਾਂ 20 ਦੇ ਤੇ, ਮੈਂ ਚੁੱਪ ਕਰਕੇ ਰੱਖ ਲਿਆ। ਮੈਂ ਆ ਗਿਆ, ਆ ਕੇ ਮੇਰੇ 2-3 ਦਿਨ ਗੱਲ ਪੈ ਗਏ। ਅਨਮੋਲ ਹੈਗਾ ਮੁੰਡਾ, ਅਤੇ ਉਹਨਾਂ ਦਾ ਪਿਤਾ ਬਗੀਚਾ ਸਿੰਘ, ਔਰ 2-3 ਦਿਨ ਅਲਮ ਸ਼ਾਹ ਮੇਰੇ ਕਾਫੇ ਮਾਰੇ। ਮੈਂ ਉੱਥੇ ਬੇਹੋਸ਼ ਹੋ ਗਿਆ, ਫਿਰ ਪਿੰਡ ਵੱਲ ਚੱਕ ਕੇ ਮੈਨੂੰ ਇੱਥੇ ਲੈ ਆਏ। ਕਿੰਨੇ ਜਣੇ ਸੀਗੇ ਲੜਾਈ ਕਰਨ ਵਾਲੇ ਟੋਟਲ? ਮੈਨੂੰ ਅੱਗੇ 2 ਜਣੇ ਸੀ, ਹੋਰ ਵੀ ਸੀ, ਮੈਂ ਡਿੱਗ ਪਿਆ ਬੇਹੋਸ਼ ਹੋ ਕੇ, ਮੈਨੂੰ ਪਤਾ ਨਹੀਂ ਲੱਗਿਆ। ਸਾਰਿਆਂ ਕੋਲ ਹਥਿਆਰ ਸੀਗੇ? ਹਾਂਜੀ ਹਾਂਜੀ। ਅਤੇ ਮਸਲਾ ਕੋਈ ਹੋਰ ਵੀ ਕੋਈ ਰੰਜਿਸ਼ ਹੈ ਜਾਂ ਇਕੱਲਾ? ਨਹੀਂ ਨਹੀਂ ਕੋਈ ਰੰਜਿਸ਼ ਨਹੀਂ। ਉਸ ਤੋਂ ਬਾਅਦ ਦੇ ਵਿੱਚ ਫਿਰ? ਉਸ ਤੋਂ ਬਾਅਦ ਮੈਨੂੰ ਹੋਸਪਿਟਲ ਆਏ ਚੱਕ ਕੇ, ਮੈਨੂੰ ਕੋਈ ਪਤਾ ਨਹੀਂ ਫਿਰ ਇੱਥੇ ਆ ਕੇ ਟਾਂਕੇ ਟੋਂਕੇ ਲੱਗੇ। ਇੱਥੇ ਹੁਣ ਕੀ ਡਾਕਟਰ ਸਾਹਿਬ ਨੇ ਸੱਟਾਂ ਦੱਸੀਆਂ ਨੇ? ਇੱਥੇ ਹੁਣ ਕੋਈ ਕਾਰਵਾਈ ਨਹੀਂ ਕਰ ਰਿਹਾ ਜੀ, ਮਤਲਬ ਪਰਚਾ ਕੱਢ ਦਿੱਤਾ, ਕਰ ਰੈਫਰ ਕਰਤਾ ਸੀ ਫਰੀਦਕੋਟ। ਨਹੀਂ ਪੁਲਿਸ ਅਜੇ ਤੱਕ ਬਿਆਨ ਲੈਣੀ ਹੈ? ਨਹੀਂ ਆਈ ਪੁਲਿਸ, ਇਹ ਪ੍ਰਸ਼ਾਸਨ ਤੋਂ ਮੰਗ ਕਰਨੇ ਇਹ ਕਾਰਵਾਈ। ਤੁਸੀਂ ਜਾਣਕਾਰੀ ਨਹੀਂ ਦਿੱਤੀ ਪੁਲਿਸ ਥਾਣੇ? ਪੁਲਿਸ ਗਏ ਹੁਣ SHO ਕੋਲ ਜੀ। ਕੀ ਕਿਹਾ ਉਹਨਾਂ ਨੇ? ਉਹ ਗੱਲ ਨਹੀਂ ਸੁਣਦੇ, ਉਹ ਕਹਿੰਦੇ ਪਹਿਲਾਂ ਆਵੇਗੀ ਰਿਪੋਰਟ ਫਿਰ ਦੱਸਾਂਗੇ। ਕੀ ਪ੍ਰਸ਼ਾਸਨ ਨੂੰ ਕੀ ਬੇਨਤੀ ਕਰਨਾ ਚਾਹੋ? ਪ੍ਰਸ਼ਾਸਨ ਨੂੰ ਬੇਨਤੀ ਕਰਨਾ ਇਹਨਾਂ ਦੀ ਕਾਰਵਾਈ ਕੀਤੀ ਜਾਵੇ। ਕੀ ਨਾਮ ਨੇ ਉਹਨਾਂ ਦੇ? ਮੁੰਡੇ ਦਾ ਅਨਮੋਲ ਹੈ ਜੀ। ਉਹ ਕਿੱਥੋਂ ਦੇ ਰਹਿਣ ਵਾਲੇ ਨੇ? ਕਮਰੇਵਾਲ ਦੇ ਜੀ। ਅਤੇ ਹੋਰ? ਬਗੀਚਾ ਹੈਗਾ ਜੀ ਉਹਦਾ ਪਿਓ ਦਾ ਨਾਮ। ਸਰ ਇੱਕ ਕਮਰੇ ਵਾਲੇ ਤੋਂ ਲੜਾਈ ਝਗੜਾ ਹੋਇਆ ਸੀਗਾ, ਪੇਸ਼ੈਂਟ ਆਇਆ ਇੱਥੇ ਭਾਰਤ ਭੂਸ਼ਣ, ਕੀ ਮਸਲਾ ਕੀ ਹੈ ਪੂਰਾ ਇਹ? ਕੱਲ੍ਹ ਸਾਡੇ ਕੋਲ ਆਇਆ ਸੀ ਜੀ ਭਾਰਤ ਭੂਸ਼ਣ, ਪੇਸ਼ੈਂਟ ਹੈਗਾ ਇੱਥੋਂ ਕਮਰੇ ਵਾਲੇ ਦੇ ਰਹਿਣ ਵਾਲਾ। ਕੱਲ੍ਹ 11:30 ਦੇ ਅਰਾਊਂਡ ਆਇਆ ਸੀਗਾ, ਉਹਦੇ ਸੱਟਾਂ ਸੀਗੀਆਂ 4 ਆਪਣੇ ਉਹਦੀ ਬੋਡੀ 'ਤੇ। ਡਾਕਟਰ ਸੁਮਨਦੀਪ ਦੀ ਡਿਊਟੀ ਸੀ, ਉਹਨਾਂ ਨੇ ਪ੍ਰੀਲਿਮੀਨਰੀ MLR ਕੱਟ ਕੇ, ਅਤੇ ਉਹਨਾਂ ਨੇ ਨਿਊਰੋ ਸਿਰ ਦੀ ਵੀ ਸੱਟ ਸੀਗੀ, ਜਿਸ ਕਰਕੇ ਉਹਨਾਂ ਨੂੰ ਫਰੀਦਕੋਟ ਰੈਫਰ ਕਰਤਾ ਸੀਗਾ CT ਸਕੈਨ ਵਾਸਤੇ ਅਤੇ ਨਿਊਰੋ ਸਰਜਰੀ ਓਪੀਨੀਅਨ ਵਾਸਤੇ। ਸਰ ਜਿਹੜੀ MLR ਦੀ ਕਾਪੀ ਹੈ ਕੋਈ ਥਾਣੇ ਭੇਜੀ ਹੈ? MLR ਦੀ ਕਾਪੀ ਹੋ ਗਈ ਹੈ, ਸਾਈਨ ਕਰਕੇ ਉਹ ਥਾਣੇ ਪਹੁੰਚ ਜਾਏਗੀ। Subscribe to One India Channel and never miss an update.